मेरा दिलों सलाम है जी। गल करांगे सरकार दीआं प्राप्तियां दी, जिहड़े मेरे उरे बापू पैंशन साथी खड़े ने गे, इन्हां नूं दफ्तरां दे विच लाइन च नहीं लगाया जांदा, इन्हां नूं सिद्धा जांदे ने, इन्हां दी सिद्धी दी सिद्धी कंप्लेंट सुण के आराम नाल उहदी पूर्ति कीती जांदी है। पर उस नकम्मी सरकार ने उन्हां नूं वी पैंशनां नूं वी सड़कां ते रोल रख्या। पहला तां इन्हां दी पैंशनां दी जो वी मंग है बिना किसी हिचकचाहट तो बिना किसी देरी तो सरकार नूं मंग लेनी चाहीदी है। जिहड़ी पैंशन है वह सोशल सिक्योरिटी है, हरेक मुल्क च हरेक जगह से हरेक इंसान का वह हक है। असी भी मुलाजम आगे 2004 तो बाद वाले भर्ती साडियां पैंशन सरकार ने बंद कीतियां, ते आप एक बार का MLA एक बार दो बार बन गया, दो बार तीन बार इन्नियां पैंशन लेंदे ने गे, और पत्ते ने जिहड़े वह अलग लेंदे ने। ਭਾਵੇਂ ਇਹ ਸਰਕਾਰ ਨੇ ਮਖੌਟਾ ਕੁਛ ਹੋਰ ਪਾਇਆ ਹੋਇਆ, ਪਰ ਪਿਛਲੇ ਅਕਤੂਬਰ ਦੇ ਵਿੱਚ ਉਹ ਮਖੌਟੇ ਵਾਲੇ ਦਿਖਾਉਣ ਦੇ ਵਿੱਚ ਹੀ ਵੀ ਹਾਂ ਅਸੀਂ ਸ਼ਾਇਦ ਪਤਾ ਨਹੀਂ ਮੁਲਾਜ਼ਮ ਹੇਤੂ ਆਗੇ ਜਾਂ ਜਿਹੜੀ ਇਹ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਹੈ। ਸਾਥੀਓ ਅਸਲ ਵਿੱਚ ਕੋਈ ਵੀ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਹੁੰਦੀ, ਇਹ ਸਰਕਾਰਾਂ ਉਹ ਚੁਣੀਆਂ ਜਾਂਦੀਆਂ, ਉਹ ਸਰਕਾਰਾਂ ਜੇ ਚੁਣ ਵੀ ਦਿੰਦੇ ਹਾਂ ਅਸੀਂ ਉਹ ਹੁੰਦੀਆਂ ਜਿਨ੍ਹਾਂ ਨੇ ਕਾਰਪੋਰੇਟ ਸੈਕਟਰ ਦੇ ਲੁਕੇ ਹੋਏ ਏਜੰਡੇ ਨੇ ਜਿਹੜੇ ਉਹ ਲਾਗੂ ਕਰਨਾ ਹੁੰਦਾ। ਜਨਤਕ ਸੈਕਟਰ ਨੂੰ ਖਤਮ ਕਰਕੇ ਨਿੱਜੀ ਸੈਕਟਰ ਜਿਹੜਾ ਉਹਨੂੰ ਬੜੋਤਰੀ ਦੇਣੀ ਹੁੰਦੀ ਹੈਗੀ। ਪਿਛਲੇ ਅਕਤੂਬਰ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਕੀਤਾ ਵੀ 2004 ਤੋਂ ਬਾਅਦ ਦੇ ਜਿਹੜੇ ਮੁਲਾਜ਼ਮ ਭਰਤੀ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਊਗੀ, ਪਰ ਉਦੋਂ ਬਾਅਦ ਕਮੇਟੀ ਬਣਾਤੀ ਕਹਿੰਦੇ ਰਿਵਿਊ ਕਰਨਾ, ਕਮੇਟੀ ਤੋਂ ਬਾਅਦ ਫਿਰ ਸਬ ਕਮੇਟੀ ਬਣਾਤੀ, ਹੁਣ ਸਬ ਕਮੇਟੀ ਤੋਂ ਬਾਅਦ ਪਤਾ ਨਹੀਂ ਕਿਹੜੀ ਕਮੇਟੀ ਬਣਾਉਣਗੇ। ਇਹੀ ਮੁੱਖ ਮੰਤਰੀ ਸਾਹਿਬ ਪਹਿਲਾਂ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ, ਕਹਿੰਦੇ ਕਮੇਟੀ ਬਣਾਉਣ ਦਾ ਅਰਥ ਹੈ ਕਮੇਟੀ, ਕਮੇਟੀ ਦਾ ਮਤਲਬ ਕਮੇਟੀ ਕੰਮ ਮਿੱਟੀ, ਜੇ ਕਿਸੇ ਕਰੇ ਕਰਾਏ ਕੰਮ ਤੇ ਮਿੱਟੀ ਪਾਉਣੀ ਹੈ ਤਾਂ ਕਹਿੰਦੇ ਕਮੇਟੀ ਬਣਾ ਦਿਓ। ਹੁਣ ਇੱਕ ਕਮੇਟੀ ਨਹੀਂ ਬਣਾਈ, ਦੋ ਬਣਾਤੀਆਂ, ਪਹਿਲਾਂ ਕਮੇਟੀ ਫਿਰ ਸਬ ਕਮੇਟੀ, ਮੰਗਿਆ ਹੋਇਆ ਟਾਈਮ ਉਹਨਾਂ ਨੂੰ ਪੂਰਾ ਦਿੱਤਾ 2 ਮਹੀਨੇ, ਕੋਈ ਨਹੀਂ ਛੇੜਦੇ ਨਹੀਂ ਬੁਲਾਉਂਦੇ ਨਹੀਂ ਕਰੋ, ਉਹਨਾਂ ਦੇ 2 ਮਹੀਨੇ ਵੀ ਲੰਘ ਗਏ, ਸਬ ਕਮੇਟੀ ਦਾ ਟਾਈਮ ਵੀ ਲੰਘ ਗਿਆ, ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਲਏ, ਉਹ ਕਹਿੰਦੇ 1 ਮਹੀਨੇ ਦਾ ਟਾਈਮ ਉਹ ਵੀ ਲੰਘ ਗਿਆ। ਫਰਕ ਕੀ ਹੈ ਵੀ ਇੱਕ ਗਿੱਦੜ ਚਿੱਠੀ ਦੀ ਜਾਰੀ ਕਰਕੇ ਟਾਈਮ ਘੰਟੇ ਦਰ ਘੰਟੇ ਟਾਈਮ ਟਪਾ ਰਹੇ ਨੇਗੇ। ਤੇ ਹੁਣ ਵੀ ਜਿਹੜੇ ਨਵੇਂ ਮੁਲਾਜ਼ਮ ਭਰਤੀ ਹੋ ਰਹੇ ਨੇ, ਨੋਟੀਫਿਕੇਸ਼ਨ ਹੋ ਗਿਆ ਪੁਰਾਣੀ ਪੈਨਸ਼ਨ ਬਹਾਲ ਹੈ, ਕਿੱਥੇ ਹੋ ਗਿਆ ਜੀ? ਨਾ GPF ਖਾਤੇ ਖੁੱਲੇ, ਨਾ NPS ਕਟੌਤੀ ਬੰਦ ਹੋਈ। ਹੋਰ ਜਿਹੜਾ ਸਾਰਿਆਂ ਤੋਂ ਵੱਡਾ ਦਿਖਾਂਤ ਹੈ, ਸਰਕਾਰ ਨੇ ਕਾਨੂੰਨ ਬਣਾਤਾ ਵੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਤੀ, ਪਰ ਜਿਹੜੇ ਮੇਰੇ ਛੋਟੇ ਭੈਣ ਭਰਾ ਨੇ ਨਵੇਂ ਮੁਲਾਜ਼ਮ ਨੇ ਉਹਨਾਂ ਦੀ ਭਰਤੀ ਫਿਰ ਨਵੀਂ ਪੈਨਸ਼ਨ 'ਚ ਕੀਤੀ ਜਾ ਰਹੀ ਹੈ, ਕਿੱਥੋਂ ਦਾ ਤਰਕ ਹੈ? ਜਦੋਂ ਪੁਰਾਣੀ ਪੈਨਸ਼ਨ ਬੰਦ ਕਰਤੀ ਲਾਗੂ ਕਰਤੀ, ਨਵੀਂ ਪੈਨਸ਼ਨ ਜਿਹੜੀ NPS ਸੀ ਉਹ ਰੱਦ ਕਰਤੀ, ਤਾਂ ਮਾੜਾ ਮੋਟਾ ਸ਼ਰਮ ਕਰ ਲਓ, ਜਿਹੜੀ ਨਵੀਂ ਭਰਤੀ ਆਉਂਦੀ ਹੈ ਉਹਦੇ 'ਤੇ ਤਾਂ ਲਾਗੂ ਕਰ ਲਓ। ਪੁਰਾਣਿਆਂ ਵਾਸਤੇ ਤੁਹਾਨੂੰ 100 ਰਿਵਿਊ ਕਰਨ ਦੀ ਲੋੜ ਹੈ, ਕੇਂਦਰ ਨਾਲ ਲੜਨ ਦੀ ਲੋੜ ਹੈ ਵੀ ਉਹਨਾਂ ਤੋਂ ਫੰਡ ਲੈਣੇ ਆ, 100 ਬਹਾਨੇ ਬਣਾਓਗੇ ਇਹਨਾਂ ਵਾਸਤੇ ਕਾਹਦਾ ਬਾਤ ਹੈ? ਉਹਨਾਂ ਦੀ ਕਿਉਂ ਤੁਸੀਂ ਫਿਰ ਸ਼ੋਸ਼ਣ ਕਰ ਰਹੇ ਹੋਗੇ? ਤੇ ਇਸ ਦੇ ਸੰਬੰਧ ਦੇ ਵਿੱਚ ਹੁਣ ਵੀ ਜਦੋਂ ਮਿਲਦੇ ਆ ਤਾਂ ਇਹਨਾਂ ਦੇ ਲਾਰੇਦਾਰ ਲਾਰੇ ਹੁੰਦੇ ਨੇਗੇ, ਕਦੇ ਕਹਿੰਦੇ ਨੇ ਸਾਨੂੰ ਕੋਈ ਕਾਨੂੰਨੀ ਹਰਡਲ ਆ, ਨਾਲ ਦੀਆਂ ਸਾਡੀਆਂ ਗਵਾਂਢੀ ਸਟੇਟਾਂ ਨੇਗੀਆਂ, ਉਹਨਾਂ ਨੇ ਕੀ ਕੀਤਾ ਜੀ? ਉੱਥੇ ਸਾਡੇ ਨਾਲੋਂ ਬਾਅਦ ਦੇ ਵਿੱਚ ਹਿਮਾਚਲ ਦੇ ਵਿੱਚ ਸਰਕਾਰ ਬਣੀ, ਸਰਕਾਰ ਦੇ ਵਿੱਚ ਹਾਰੀ ਹੋਈ ਸਰਕਾਰ ਸੀ ਜਿਹੜੀ, ਉਹਨਾਂ ਨੂੰ ਮੰਨਣਾ ਪਿਆ, ਕਹਿੰਦੇ ਸਾਡੀ ਹਾਰ ਦਾ ਮੁੱਖ ਕਾਰਨ ਪੁਰਾਣੀ ਪੈਨਸ਼ਨ ਦਾ ਮੁੱਦਾ ਬਣਿਆ। ਤਾਂ ਸਾਡੇ ਨਾਲੋਂ ਬਾਅਦ 'ਚ ਸਰਕਾਰ ਆਈ ਹੈ, ਉੱਥੇ ਆ ਕੇ ਉਹਨਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰਤੀ, ਔਰ ਜਿਹੜੇ ਮੁਲਾਜ਼ਮ ਰਿਟਾਇਰ ਹੋ ਰਹੇ ਨੇ ਉਹ ਪੁਰਾਣੀ ਪੈਨਸ਼ਨ ਦੇ ਅਧੀਨ ਰਿਟਾਇਰ ਹੋ ਰਹੇ ਨੇ। ਹੋਰ ਸਟੇਟਾਂ ਨੇ ਜਿਹੜੀਆਂ ਉਹ ਵੀ ਪੁਰਾਣੀ ਪੈਨਸ਼ਨ ਬਹਾਲ ਕਰੀ ਜਾ ਰਹੀਆਂ, ਔਰ ਇਹਨਾਂ ਨਾਲੋਂ ਪਹਿਲਾਂ ਲਾਗੂ ਕਰੀ ਜਾ ਰਹੀਆਂ ਨੇਗੀਆਂ। ਕਮਾਲ ਦੀ ਗੱਲ ਹੈ, ਇਹ ਕਹਿੰਦੇ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਤੀ, ਇੱਕ ਵੀ ਮੁਲਾਜ਼ਮ ਉਹਦੇ ਅਧੀਨ ਨਵਾਂ ਰਿਕਰੂਟ ਨਹੀਂ ਕੀਤਾ ਗਿਆ, ਨਾ ਪੁਰਾਣੇ ਦੀ ਲਾਗੂ ਕੀਤੀ ਹੈ। ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਫਿਰ ਸਾਰੇ ਜਿਹੜੇ ਮੇਰੇ ਸਾਥੀ ਉਰੇ ਇਕੱਠੇ ਹੋਏ ਨੇ ਇਹਨਾਂ ਨੂੰ ਮੇਰਾ ਤਹਿ ਦਿਲੋਂ ਸਲਾਮ ਹੈ, ਖਾਸ ਕਰਕੇ ਜਿਹੜੇ ਮੇਰੇ ਪੈਨਸ਼ਨ ਬਜ਼ੁਰਗ ਉਰੇ ਆਏ ਹੋਏ ਨੇ, ਸਰਕਾਰ ਨੂੰ ਮੈਂ ਚੇਤਾਵਨੀ ਦੇਊਂਗਾ ਵੀ ਇਹਨਾਂ ਦੀ ਮੰਗ ਬਿਨਾਂ ਦੇਰੀ ਬਿਨਾਂ ਸ਼ਰਤ ਮੰਨੇ, ਕਿਉਂਕਿ ਕਿਤੇ ਵੀ ਇਹਨਾਂ ਦੀ ਦਫ਼ਤਰਾਂ 'ਚ ਵੀ ਲਾਈਨ ਨਹੀਂ ਲੱਗਦੀ, ਇੱਥੇ ਵਿਚਾਰੇ ਸੜਕ 'ਤੇ ਬਿਠਾ ਰੱਖੇ ਨੇ। ਸਾਰਿਆਂ ਦਾ ਧੰਨਵਾਦ, ਜੈ ਜਨਤਾ, ਜੈ ਸ਼ਿੰਗਾਰ ਸੀ, ਜਿੱਤ ਲੜਦੇ ਲੋਕਾਂ।